मीटिंग फैसला लिया जी जो सा प्रधान श्री बीजी कालड़ा जी वालों जी कॉल आ साडी बागे पुराने मंडी दे विच 5 तरीक नूं असीं एक रोस वजो उठ रख्या गा भी जिहड़ा अपने सेंटर सरकार एक तो साढ़े आढ़तियां 131 करोड़ रुपया बकाया रहिंदा जी तो पिछले साल का उस तो बाद जी जिमीदार की जमाबंदी है तो एक सीधी पेमेंट आ ये रोस वजो असी उत्थे बागे पुराने आपदा सारे आढ़तीय भाईचारे मुनीम साढ़े मजदूर सारे असी कट्ठे होकर जावांगे उहदे संबंध च विचार करन वास्ते असी अज दी मीटिंग रखी है भी असी वध तो वध 5 तरीक नूं उत्थे आपदी शमूलीत कर सके। कोई धरने धुरने लाउण दा वी होया जी? नहीं फिलहाल धरनिआं दा कोई नहीं जिहा जी सानूं कॉल होऊगी कोई हड़ताल दी जो मीटिंग दे विच फैसला होऊगा उत्थे जाणी मतलब ये मन्नो भी पंजाब प्रधान वल्लों भी राय करन वास्ते ही सारे आढ़तीआं दा भी जिवें उत्थे राय मशवरा होऊ उहदे हिसाब नाल अग्गे दा प्लैन होऊ। मुख्यमंत्री ने भी अज अखबार दे विच कहा कि मैं आढ़तीआं दे बिल्कुल नाल खड़ा 131 करोड़ वाली भी गल्ल करांगे कि पैसे दिलवावांगे। हाँ जी तुहानूं लगदा कि पंजाब सरकार है जिहड़ी ओह आढ़तीआं दे नाल है? देखो जी असली तो हम जिम्मे कहते हैं होए तो ही पता लगू हूँ तक पंजाब सरकार का समझ लो तुम नाल ही आ। हाँ जी भी पंजाब सरकार का यह है जी भी मतलब जिम्मे हम चलो विश्वास दवाया मुख्यमंत्री साहब ने भी सानू लगता है भी चलो कुछ तो मसला हल होगा कुछ तो बूर पेगा बाकी जिम्मे उत्थे साडे पंजाब लैवल की जो होगा उस हिसाब से असी डिसीजन लवेंगे अगला भी जो हड़ताल आ जां कुछ भी आ। हाँ जी 5 तरीक तो बाद मीटिंग का यही है जी भी पंजाब सरकार तो साडे नाल खड़ी आ ते सेंटर सरकार अड़िंग हुई पई आ भी असी सीधी पेमेंट जिमीदार दे खाते च पाउणी आ जे सरकार सेंटर सरकार है जिहड़ी नहीं झुकदी हैगी नहीं वापस लैंदी उन्होंने जिस तरह कहा भी पीयूष गोयल ने लैटर लिखिया मुख्यमंत्री उहदे विच उन्होंने कहा जे तुसीं सख्ती नाल लागू नहीं करदे सीधी पेमेंट नूं तां असीं जिहड़ियां सारियां तुहानूं रायतां मिलणगियां ओह वापस लवांगे हां बंद कर दांगे थोड़ा फिर उहदे आड़ती की करनगे। देखो हुण साडी 5 तरीक दी मीटिंग आ जी बागे पुराने उत्थे देखदे आ की फैसला लैंदे ने सरकार ਸਾਡੀ ਬੋਡੀ ਫੈਸਲਾ ਲਊ ਉਹਦੇ ਬਾਅਦ ਫੈਸਲਾ ਪੰਜਾਬ ਜੀ ਠੀਕ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਅਟਾਰੀ ਵਿਖੇ ਅਨਾਜ ਮੰਡੀ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਚੌਥੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਅਟਾਰੀ ਹਲਕੇ ਤੋਂ ਗੁਰਜਾਰ ਸਿੰਘ ਅੜੀਕੇ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਇੱਥੇ ਦੱਸਦੇ ਹਾਂ ਕਿ ਪੰਜਾਬ ਮੰਗ ਦਾ ਜਵਾਬ ਦੀ ਲੜੀ ਦੇ ਤਹਿਤ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਅਟਾਰੀ ਦੀ ਅਨਾਜ ਮੰਡੀ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਆਪਣੇ ਅਗਲੇ ਉਮੀਦਵਾਰ ਦਾ ਐਲਾਨ ਕੀਤਾ। ਬੜੀ ਨੂੰ ਤਕਰੀਬਨ 4.5 ਸਾਲ ਲਗਭਗ ਹੋ ਚੱਲੇ ਆ ਤੇ 4 ਸਾਲ ਦਾ ਲੋਕਾਂ ਦੇ ਵਿੱਚ ਗੁੱਸਾ ਰਹੋ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਹਲਕਿਆਂ ਦੇ ਵਿੱਚ ਰੈਲੀਆਂ ਕਰਨ ਦਾ ਜੋ ਫੈਸਲਾ ਕੀਤਾ ਲੋਕ ਇਹ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸਿਤਾਰਾਂ ਦੇ ਵਿੱਚ ਵੋਟ ਨਾ ਪਾ ਕੇ ਬਹੁਤ ਵੱਡੇ ਪਛਤਾਵਾ ਉਹਨਾਂ ਦੇ ਮਨ ਨੂੰ ਲੱਗਾ। ਤੋ ਅੱਜ ਤੁਸੀਂ ਦੇਖ ਰਹੇ ਹੋ ਕਿ ਕਾਫਲਿਆਂ ਦੇ ਰੂਪ ਦੇ ਵਿੱਚ ਆਪਣੀਆਂ ਟਰਾਲੀਆਂ ਆਪ ਲੈ ਕੇ ਆਪ ਚਲਾ ਕੇ ਲੈ ਕੇ ਆ ਰਹੇ ਨੇ ਆਉਣ ਵਾਲੇ 2022 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਭਾਰੀ ਬਹੁਤਨਾ ਬਣੇਗੀ ਔਰ 4.5 ਸਾਲ ਦੇ ਵਿੱਚ ਹਰ ਵਰਗ ਜਿਹੜਾ ਇਹਨਾਂ ਨੇ ਰੋਲਤਾ ਚਾਹੇ ਉਹ ਕਿਸਾਨ ਵੀਰ ਸੀ ਮਜ਼ਦੂਰ ਸੀ ਮੁਲਾਜ਼ਮ ਆ ਵਪਾਰੀ ਹੈ ਅੱਜ 6-7 ਮਹੀਨੇ ਹੋ ਗਏ ਕਿਸਾਨ ਅੰਦੋਲਨ ਜਿਹੜਾ ਸਾਡੇ ਵੀਰਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਚੱਲ ਰਿਹਾ ਸਾਰੇ ਦੇਸ਼ 'ਚ ਚੱਲ ਰਿਹਾ ਅਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਤੱਕ ਪ੍ਰਧਾਨ ਮੰਤਰੀ ਵੀ ਨੂੰ ਜਾ ਸਕਿਆ ਵੀ ਉੱਥੇ ਜਾ ਕੇ ਮੇਰਾ ਹੱਲ ਕਰਾਵਾਂ ਜਿਹੜਾ ਸਟੇਟ ਦੇ ਸੂਬੇ ਦਾ ਜਿਹੜਾ ਹੈਡ ਹੁੰਦਾ ਉਹ ਮੁੱਖ ਮੰਤਰੀ ਹੁੰਦਾ ਇਸ ਕਰਕੇ ਲੋਕ ਹੁਣ ਪਛਤਾਉਣ ਲੱਗ ਪਏ ਜੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੁੰਦੇ ਤਾਂ ਸ਼ਾਇਦ ਕੋਈ ਨਾ ਜਿਹੜਾ ਹੱਲ ਜਿਹੜਾ ਉਹ ਨਿਕਲ ਆਉਣਾ ਸੀ ਇਸ ਕਰਕੇ ਮੈਂ ਸਮਝਦਾ ਕਿ ਸਭ ਤੋਂ ਜੇ ਮਾੜੀ ਕਾਰਜਕਾਰੀ ਜਿਹੜੀ ਹੈ ਹੋਈ ਉਹ ਇਸ ਵੇਲੇ ਇਸ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਦੀ ਹੋਈ ਹੈ ਇਸ ਕਰਕੇ ਬੜੀ ਭਾਰੀ ਬਹੁਮਤ ਦੇ ਨਾਲ ਜਿਹੜਾ ਲੋਕ ਪਿੰਡਾਂ 'ਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਆ ਰਹੇ ਗੁੱਸਾ ਉਹਨਾਂ ਨੂੰ ਕਿ ਸਾਡਾ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਨੌਜਵਾਨਾਂ ਬੱਚੀਆਂ ਬੱਚਿਆਂ ਨੂੰ ਮੋਬਾਈਲਾਂ ਦੀ ਗੱਲ ਕੀਤੀ ਇੰਡਸਟਰੀ ਨੂੰ ਬਿਜਲੀ ਦੇਣ ਦੀ ਗੱਲ ਕੀਤੀ ਅੱਜ ਸਾਰੇ ਸੁਪਨੇ ਬਣ ਕੇ ਰਹਿ ਗਏ ਉਹਨਾਂ 'ਚੋਂ ਕੋਈ ਵੀ ਜਿਹੜਾ ਸਾਕਾਰ ਨਹੀਂ ਹੋ ਸਕਿਆ ਇਸ ਕਰਕੇ ਲੋਕ ਅੱਜ ਵੱਡੀ ਗਿਣਤੀ ਦੇ ਵਿੱਚ ਆ ਰਹੇ ਸਾਡੇ ਸਤਿਕਾਰਯੋਗ
ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਥੋੜ੍ਹੇ ਸਮੇਂ 'ਚ ਆ ਰਹੇ ਆ, ਉਹਨਾਂ ਨੇ ਸੰਬੋਧਨ ਕਰਨ ਆਣ ਕੇ ਸੰਗਤਾਂ ਨੂੰ ਮੈਂ ਸਾਰੀਆਂ ਸੰਗਤਾਂ ਦਾ ਵੱਡੇ ਕਾਫਲੇ ਜਿਹੜੇ ਲੈ ਕੇ ਧੰਨਵਾਦ ਵੀ ਕਰਦਾ। ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਸਰਕਾਰ ਅੱਗੇ ਲੈ ਕੇ ਲੱਗ ਕੇ ਆਉਣਗੇ। 7 ਮਹੀਨੇ ਹੋ ਗਏ ਸਰਕਾਰ ਰਹਿ ਚੁੱਕੀ ਹੈ, ਕਾਂਗਰਸ ਦੀ ਸਰਕਾਰ 7 ਮਹੀਨੇ ਰਹਿ ਗਏ ਆ ਉਹਨਾਂ ਨੂੰ। ਕੱਲ੍ਹ ਜਿਹੜੇ ਬੱਸਾਂ ਫ੍ਰੀ ਕਰਤੀਆਂ ਲੇਡੀਜ਼ ਵਾਸਤੇ, ਜਿਹੜੀਆਂ ਬੱਸਾਂ ਕੱਲ੍ਹ ਚਲਾਈਆਂ ਫ੍ਰੀ ਲਈ, ਦੇਖੋ ਉਹ ਲੋਕਾਂ ਦੇ ਹੁਣ ਇੱਥੋਂ ਭਜਾਉਣ ਵਾਲੀ ਗੱਲ ਆ। ਹੁਣ 5-4 ਮਹੀਨੇ ਦੇ ਵਿੱਚ ਕਿੰਨੀਆਂ ਕੁ ਬੀਬੀਆਂ ਵਿਚਾਰੀਆਂ ਬਹਿ ਜਾਣੀਆਂ ਅਤੇ ਕਿੰਨਾ ਕੁ ਘਰਾਂ 'ਚ ਅੱਜ ਕੱਲ੍ਹ ਕੰਮ ਕਾਰ ਜਿਹੜਾ ਲੋਕਾਂ ਦਾ ਜਾਣ ਨੂੰ ਕਦੇ ਟਾਈਮ ਬਹੁਤ ਘੱਟ ਹੀ ਹੁੰਦਾ। ਉਹਦੇ ਇੱਕ ਲੋਕਾਂ ਦੇ ਵਿੱਚ ਬਣਾਇਆ ਵੀ ਨਾਨਕ ਜਿਹੜਾ ਮੈਨੀਫੈਸਟੋ ਇਹ ਕਰਜ਼ਾ ਮਾਫ਼ ਦਾ ਜਾਂ ਨੌਕਰੀਆਂ ਦੇਣ ਦਾ ਜਾਂ ਦੂਜਿਆਂ ਦਾ ਸਾਰੀ ਇਹ ਗੱਲਾਂ ਵਿੱਚੇ ਰਹਿ ਗਈਆਂ, ਉਹਦੇ ਨਾਲ ਕੋਈ ਇੰਨਾ ਨਾਮ ਮਾਤਰ ਵਾਲੀ ਗੱਲ ਹੋਈ, ਕੋਈ ਏਡੀ ਵੱਡੀ ਗੱਲ ਹੋਈ? ਜਿਹੜੇ ਕਿੰਨੇ ਰਹਿ ਗਏ ਉਹ ਕਹਿ ਰਹੇ ਸਾਡੇ ਵਾਸਤੇ ਕੁਛ ਨਹੀਂ ਸੋਚਿਆ, ਜਿਹੜੇ ਕਿੰਨੇ ਰਹਿ ਗਏ ਉਹ ਕਹਿੰਦੇ ਸਾਡੇ ਵਾਸਤੇ ਕੁਛ ਨਹੀਂ ਸੋਚਿਆ ਉਹਨਾਂ ਨੇ ਸਰਕਾਰ ਨੇ। ਉਹਨਾਂ ਨੇ ਵੀ ਸੋਚਿਆ, ਮੈਂ ਵੀ ਅੱਜ ਕਿਸਾਨ ਸਭ ਤੋਂ ਸਾਡਾ ਪਿਆਰਾ ਜਿਹੜਾ ਜਿਹੜਾ ਦੇਸ਼ ਦੀ ਆਰਥਿਕਤਾ ਵਾਸਤੇ ਜਿਹੜਾ ਅਨਾਜ ਇੰਨਾ ਬੜਾ ਪੈਦਾ ਕਰਦਾ, ਅੱਜ ਉਹ ਉਹਨਾਂ ਨੂੰ 8-9 ਮਹੀਨੇ ਹੋ ਚੱਲੇ ਆ, ਉਹਨਾਂ ਦੀ ਗੱਲ ਕਦੇ ਨਹੀਂ ਸੁਣੀ। ਇਸ ਕਰਕੇ ਉਹ ਇਹਨਾਂ ਦੇ ਲੋਕਾਂ ਦੇ ਵਿੱਚ ਰਹੋ ਆ, ਮੈਂ ਤਾਂ ਕਰਕੇ ਕਹਿੰਦਾ ਵੀ ਵੱਡੇ ਕਾਬਲਿਆਂ ਦੇ ਲੋਕ ਆ ਰਹੇ ਵੀ ਗੁੱਸਾ ਕੱਢ ਰਹੇ ਆ। ਮਤਲਬ ਜਿਹੜੇ 4 ਸਾਲ ਹੋ ਗਏ ਉਹਨਾਂ ਨੇ ਬੱਸਾਂ ਫ੍ਰੀ ਕੀਤੀਆਂ ਲੇਡੀਜ਼ ਵਾਸਤੇ, ਕਿੰਨਰ ਕਹਿੰਦੇ ਸਾਡੇ ਵਾਸਤੇ ਕੋਈ ਨਹੀਂ ਟਿਕਟਾਂ ਮਾਫ਼ ਕੀਤੀਆਂ ਉਹਨਾਂ ਨੇ, ਸਾਨੂੰ ਨਹੀਂ ਕਿੰਨਰ ਕਿੰਨਰ ਦਾ ਫਿਰ ਉਹ ਦੱਸੋ, ਚਲੋ ਆਰਾਮ ਕਰ ਲਈਏ। ਦੇਖੋ ਪੰਜਾਬ ਦੀ ਸਰਕਾਰ, ਮੈਂ ਤੁਹਾਨੂੰ ਆਹੀ ਗੱਲ ਕੀਤੀ ਹੈ, ਪੰਜਾਬ ਦੀ ਸਰਕਾਰ ਗੈਂਗਸਟਰਾਂ ਨੂੰ ਪਾਲ ਰਹੀ ਹੈ। ਮੈਂ ਤੁਹਾਨੂੰ ਅੱਜ ਇੱਥੇ ਭਾਸ਼ਣ 'ਚ ਵੀ ਕਿਹਾ ਕਿ ਜਿੰਨੇ MLA ਆ ਉਹਨਾਂ ਨੇ ਆਪਣੇ ਹਲਕੇ ਦੇ ਗੈਂਗਸਟਰ ਪਾਲੇ ਆ, ਜਿੰਨਾ ਡਰੱਗਸ ਦਾ ਕੰਮ ਹੈ, ਜਿੰਨਾ ਐਕਸਟੋਰਸ਼ਨ ਦਾ ਕੰਮ ਹੈ, MLA ਗੈਂਗਸਟਰਾਂ ਤੋਂ ਕਰਾ ਕੇ ਲੋਕਾਂ ਨੂੰ ਲੁੱਟ ਰਿਹਾ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਸਟੇਟ ਗੈਂਗਸਟਰਾਂ ਨੂੰ ਪ੍ਰੋਟੈਕਟ ਕਰਦੀ ਹੈ? ਐਡੇ ਐਡੇ ਵੱਡੇ ਗੈਂਗਸਟਰ ਬਾਹਰੋਂ ਲਿਆ ਕੇ ਮਮਤਾ ਅੰਸਾਰੀ ਵੱਲ ਰੱਖੇ ਹੈ, ਆਹ ਮਿਲੀ ਭੁਗਤ ਇਹਨਾਂ ਦੀ ਜਿਹੜੀ ਸਰਕਾਰ, ਆਹ ਬਹੁਤ ਡੇਂਜਰਸ ਖਤਰਨਾਕ ਕੰਮ ਕੀਤਾ। ਜਿਹੜੇ ਤੁਸੀਂ ਅੱਜ ਕਿਹੜੇ ਮਰਜ਼ੀ ਸ਼ਹਿਰ ਚਲੇ ਜਾਓ, ਰੋਤੀਆਂ ਲਈ ਜਾਂਦੀਆਂ ਗੈਂਗਸਟਰ, ਟੈਲੀਫੋਨ ਕਰਕੇ ਲੁੱਟੀ ਜਾਂਦੇ ਹੈ। ਕਿਉਂ ਲੁੱਟ ਰਿਹਾ? ਕਿਉਂਕਿ ਖੁੱਲ੍ਹੀ ਛੁੱਟੀ ਹੈ ਕਾਂਗਰਸ ਸਰਕਾਰ ਤੋਂ। ਮੈਂ ਉਹੀ ਕਹਿ ਰਿਹਾ, ਸਰਕਾਰ ਨਾਲ ਹੈ ਗੈਂਗਸਟਰਾਂ ਦੇ। ਲੋਕੀ ਦੁਖੀ ਹੈ ਕੈਪਟਨ ਤੋਂ, ਕੈਪਟਨ ਨੇ ਬਰਬਾਦ ਕਰਤਾ ਪੰਜਾਬ, ਪੰਜਾਬ ਨਾਲ ਝੂਠਾ, ਪੰਜਾਬੀਆਂ ਦੀ ਭਾਵਨਾ ਨਾਲ ਖੇਡ ਕੇ ਕੋਈ ਬਚ ਨਹੀਂ ਸਕਦਾ। ਦੇਖੋ ਸੈਂਟਰ ਦੀ ਸਰਕਾਰ ਦੇ ਮਨ 'ਚ ਕਿਸਾਨਾਂ ਦੇ ਪ੍ਰਤੀ ਮੈਂ ਉਹੀ ਕਹਿੰਦਾ ਇੱਕ ਨਫ਼ਰਤ ਜੀ ਜਾਗ ਪਈ ਹੈ ਪੰਜਾਬ ਦੇ, ਹਰ ਚੀਜ਼ 'ਚ ਉਹਨਾਂ ਨੂੰ ਬਲੇਮ ਕਰਨ ਦੇ ਲੱਗੇ ਹੈ। ਸੋ ਇਹ ਤੁਸੀਂ ਜੇ ਲਿਖਿਆ ਪ੍ਰੂਫ ਦਿਓ। ਨਸ਼ੇ ਦੇ ਮੁੰਡੇ ਕਿਉਂਕਿ ਆਪਣੀਆਂ ਕਮਜ਼ੋਰੀਆਂ ਨਟੋਰਿਆ, ਕਿਉਂਕਿ ਮੈਂ ਤੁਹਾਨੂੰ ਅੱਜ ਗੱਲ ਕੀਤੀ, ਨਸ਼ੇ ਨੂੰ ਪੰਜਾਬ ਦੇ ਸਰਕਾਰ ਆ ਵਪਾਰ ਬਣਾ ਲਿਆ। ਆਹ ਜਿਹੜੇ MLA ਹੈ, ਆਹ ਗੈਂਗਸਟਰ ਪਾਲੀ ਬੈਠੇ ਹੈ, ਸਾਰੇ ਗੈਂਗਸਟਰ ਤੁਸੀਂ ਪੁੱਛ ਲਓ ਹਲਕੇ ਵਾਈਜ਼। ਮੈਂ ਫਿਰੋਜ਼ਪੁਰ ਗਿਆ, ਉੱਥੋਂ MLA ਨੇ ਪਾਲੀ ਬੈਠੇ ਹੈ, ਔਰ ਦਿਹਾਤੀ ਫਿਰੋਜ਼ਪੁਰ ਦੇ ਉੱਥੇ MLA ਜ਼ੀਰੇ ਵਾਲੇ ਨੇ ਪਾਲੀ ਬੈਠੇ ਹੈ। ਆਹ ਸਾਰੇ ਅੱਗੇ ਰੱਖੇ ਗੈਂਗਸਟਰ ਜਿਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਨਸ਼ਾ ਵੇਚਣ ਨੂੰ, ਅਤੇ ਉਹਨਾਂ ਨੂੰ ਜਦ ਵੀ ਬਾਰਡਰ ਦੇ ਹਾਲਾਤ ਖਰਾਬ ਹੋਏ ਆ, ਇਹ ਉੱਜੜਦੇ ਰਹੇ ਆ, ਇਹ ਮਗਰ ਫਿਰ ਇੱਥੇ ਵਸਦੇ ਰਹੇ ਆ। ਜੇ ਫੌਜ ਆਉਂਦੀ ਸੀ ਉਹਨਾਂ ਦੀ ਸੇਵਾ ਕਰਦੇ ਰਹੇ, ਜਿਨ੍ਹਾਂ ਲੋਕ ਕਿਸਾਨਾਂ ਨੇ ਬਾਰਡਰ ਦਿਆਂ ਨੇ ਫੌਜ ਨੂੰ ਸੰਭਾਲਿਆ, ਕਿ ਤੁਸੀਂ ਸਮਝ ਸਕਦੇ ਹੋ ਕਿ ਇਹੋ ਜਿਹਾ ਕੰਮ ਕਰ। ਹਾਂ, ਇੱਕਾ ਦੁੱਕਾ ਜੇ ਕੋਈ ਕੇਸ ਹੈ ਉਹਦੇ 'ਚ ਪੁਲਿਸ ਕਾਰਵਾਈ ਕਰੇ, ਮਗਰ ਇੱਕ ਰੰਗ ਨਾਲ 500 ਕਿਲੋਮੀਟਰ ਦੇ ਬਾਰਡਰ ਦੇ ਜੈ ਜਵਾਨ ਜੈ ਕਿਸਾਨ ਜਿਹੜਾ, ਜਿਨ੍ਹਾਂ ਦੇ ਨਿਆਣੇ ਸਰਹੱਦਾਂ 'ਤੇ ਬੈਠੇ ਆ, ਜਿਨ੍ਹਾਂ ਦੇ ਬੱਚੇ ਸਰਹੱਦਾਂ ਦੀ ਰਖਵਾਲੀ ਕਰ ਰਹੇ, ਉਹਨਾਂ ਦੇ ਬਜ਼ੁਰਗ ਬਾਰਡਰਾਂ 'ਤੇ, ਉਹਨਾਂ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬਹੁਤ ਵੱਡਾ ਪਾਪ ਹੈ। ਸ਼੍ਰੋਮਣੀ ਅਕਾਲੀ ਦਲ ਇਸ ਦੀ ਨਿੰਦਿਆ ਭਾਈਚਾਰਕ ਸਾਂਝ ਨੂੰ ਨਹੀਂ ਕਿਤੇ ਕਿਸਾਨੀ ਅੰਦੋਲਨ ਦੇ ਚੱਲਦੇ ਇਸ ਤਰ੍ਹਾਂ ਫ੍ਰਿਕਸ਼ਨ ਪਾਉਣ ਦੀ ਗੱਲ ਕੇ। ਇਹ ਜੀ ਬਹੁਤ, ਦੇਖੋ ਇੱਕ ਗੱਲ ਮੈਂ ਦੱਸ ਦਿਆਂ ਜੀ, ਸੈਂਟਰ ਦੀ ਹਮੇਸ਼ਾ ਹੀ ਪੰਜਾਬ ਪ੍ਰਤੀ ਨੀਤੀ ਸੀ। ਕਾਂਗਰਸ ਨੇ ਵੀ ਗੋਰਿਆਂ ਤੋਂ ਕੰਮ ਸਿੱਖਿਆ, ਪਾੜੋ ਅਤੇ ਰਾਜ ਕਰੋ।
और जो अज की केंद्र की सरकार है जो किसानों जो पंजाबियों वितकराव कर रहे हैं पता है कि पंजाबी सेवा भावना वाला लखा प्रवासी पंजाब से वसद है और पंजाब की इकोनमी से उन्होंने वाला योगदान है अज उन्होंने पंजाब को अपनी धरती माँ अपना लिया इसलिए पंजाबी वो ने जिहड़े लोगों का सत्कार करते हैं फौजियों का सत्कार करते हो कदे भी किसी नाल इह जिहा दुर्व्यवहार नहीं कर सकते सेंटर नू इस तरीके नाल पंजाब ने किसानों नू एक माड़े रंग नाल रंगण की कोशिश से असी उहदी निखेधी करते हैं निंदा करते कौन नहीं कर रहा करोना मीटिंग की याद पंजाब सरकार ने एक घंटे लिए शनिवार ट्रैफिक जाम किया लोगों को याद करने लिए क्यों ना बड़े लोग परेशान हो रहे हाँ मेरे को हूँ एक चिट्ठी आई है जिन्हें कोविड वारीयर रखे सी उन्होंने तो सारियां नौकरी चो कढ़ता यह झूठा सत्कार कादा है जिहड़े तुली लै भर के जिहड़े नैगेटिव नूं पाउना दे मरीजां कोलों कई प्राइवेट हस्पताल खाके 21 लाख दा बिल बनाया इक चविंडे तो साडा बजुर्ग सी 21 लाख दा कादा बिल बन उहनां दे खिलाफ तां अज तक कारवाई कोई नहीं करोना दे लई लड़ाई लड़नी चाहिए करोना के रूल से पालना करना चाहिए मगर मैं कप्तान साहब रात को ला दें तो सवेरे 5 बजे करोना सवेरे जागता यह रात कला आता इतना पता तो WHO दस दौ पुठियां सीधिया गहत जेडे लोगों दो वक्त की रोटी नहीं मिल रही जिन्हों के कारोबार नहीं चल रहे जो फैक्ट्रियां चल सकदियां ने तो फिर ये कि तरह पालना शुरू हो गई उन्हें गरीबों की बाह फड़ती नहीं एवें फजूल के आर्डर कटी जाने जिदा असर कोई नहीं रोकी रोकी चुकी ने लोगों को वैट के रूप से लोगों को बिजली के दर के रूप से अब माइनिंग माफिया 300 करोड़ माफ़ करता शराब माफिया 600 करोड़ माफ़ करता तो करोना वाले का की माफ़ किया गरीब किसानों का की किया गरीब व्यापारी का की किया गरीब दलित परिवारों का की किया जीरो ये जेडे लॉपसाइडेड फैसले आ ये दुरुस्त करना चाहिए सरकार लोगों को ਪਾਣੀ ਵੀ ਜਾਂ ਰੋਟੀ ਵੀ ਹੋਵੇ ਰੋਟੀ ਆਪਾਂ ਬਾਅਦ ਚ ਵੀ ਕਰ ਲਾਂਗੇ ਪਹਿਲਾਂ ਇਸ ਵਾਰ ਸਾਰੇ ਬੇਨਤੀ ਵੀ ਰਾਹੁਲ ਦਾ ਲੰਗਰ ਸ਼ੁਰੂ ਹੋਈ ਕਿ ਜਿੰਨੇ ਵੀ ਸ਼ਰਨਾ ਉੱਥੇ ਛੱਕ ਕੇ ਬੈਠਣ ਸੋ ਫਿਰ ਮੈਂ ਜਿੱਥੇ ਸਮਾਰ ਕਰਦਾ ਉੱਥੇ ਆ ਜਾ ਕੇ ਸਹੀ ਸਾਰੇ ਬਹੁਤ ਵੱਡੀ ਗਿਣਤੀ ਚ ਪਹੁੰਚ ਰਹੇ ਜਿਹੜੇ ਪ੍ਰਧਾਨ ਜੀ ਨੇ ਜੋ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਸਿੱਖਿਆ ਵਿਭਾਗ ਵਿੱਚ ਲਾਇਬ੍ਰੇਰੀਆਂ ਦੀ 750 ਸੰਗਣੀ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਇਹ ਪ੍ਰਗਟਾਵਾ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਾਮਰ ਬਹਿਲ ਨੇ ਕੀਤਾ ਉਹਨਾਂ ਦੱਸਿਆ ਕਿ ਬੋਰਡ ਦੀ 25 ਮਾਰਚ ਨੂੰ ਹੋਈ ਮੀਟਿੰਗ ਵਿੱਚ 2200 ਸੰਗਣੀ ਭਰਤੀ ਦੇ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਦੇ ਪਹਿਲੇ ਪੜਾਅ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਯੋਗ ਅਗਵਾਈ ਦੇ ਹੇਠ ਪੰਜਾਬ 'ਚ ਵਿਦਿਆਲਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵਿੱਚ ਸਕੂਲ ਲਾਇਬ੍ਰੇਰੀ ਦੀਆਂ 750 ਅਸਾਮੀਆਂ ਭਰਨ ਲਈ 5 ਅਪ੍ਰੈਲ ਤੋਂ ਆਨਲਾਈਨ ਅਰਜ਼ੀ ਲੈਣ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ PTC ਜਨਰਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਗੁਰਬਾਣੀ ਕੀਰਤਨ ਦਾ ਇਸ ਦਾ ਪ੍ਰਸਾਰਣ ਰੋਜ਼ਾਨਾ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਸ੍ਰੀ ਅਨੰਦ ਸਾਹਿਬ ਦੇ ਪਾਠ ਮਗਰੋਂ ਭਾਈ ਰਾਜਦੀਪ ਸਿੰਘ ਗੁਰੂ ਅਰਦਾਸ ਕੀਤੀ ਗਈ ਹੈ ਅਤੇ ਹੋਕਨਾਮਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਾਉਂਡ ਕਰਵਾਇਆ ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧਦੇ ਜਾ ਰਹੇ ਕੇਸਾਂ ਨੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਮੁੜ ਵੀਕਐਂਡ ਲਾਕਡਾਊਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਗੱਲ ਦਾ ਇਸ਼ਾਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਦਿੱਤਾ ਗਿਆ ਕੈਪਟਨ ਨੇ ਕਿਹਾ ਕਿ ਸ਼ਨੀਵਾਰ ਦੇ ਦਿਨ ਲੋਕ ਇੱਕ ਦੂਜੇ ਦੇ ਜ਼ਿਆਦਾ ਸੰਪਰਕ ਦੇ ਵਿੱਚ ਆਉਂਦੇ ਨੇ ਸੋ ਹੁਣ ਅੱਜ ਦੀਆਂ ਮੁੱਖ ਖਬਰਾਂ ਸਮਾਪਤ ਕਰਦੇ ਹਾਂ ਧੰਨਵਾਦ